ਭਾਰਤ ਸਰਕਾਰ ਸ਼੍ਰਮ ਅਤੇ ਰੁਜ਼ਗਾਰ ਮੰਤਰਾਲੇ ਕਰਮਚਾਰੀ ਭਵਿੱਖ ਨਿਧਨ ਸੰਗਠਨ ਦੇ ਖੇਤਰੀ ਕਾਰਿਆਲੇ ਅੰਮ੍ਰਿਤਸਰ ਦੁਆਰਾ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਿੰਨ ਭਿੰਨ ਸਥਾਨਾਂ ਤੇ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ ਵਿਸ਼ੇ ਤੇ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ। ਖੇਤਰੀ ਕਾਰਿਆਲੇ ਅੰਮ੍ਰਿਤਸਰ ਦੇ ਪ੍ਰਭਾਰੀ ਅਧਿਕਾਰੀ ਨਿਸ਼ਾਂਤ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਸ ਸੰਬੰਧੀ ਪੂਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ। ਮੇਰਾ ਨਾਮ ਹੈ ਨਿਸ਼ਾਂਤ ਯਾਦਵ, ਮੈਂ ਰੀਜਨਲ ਪ੍ਰੋਵੀਡੈਂਟ ਫੰਡ ਕਮਿਸ਼ਨਰ ਗ੍ਰੇਡ 2 ਹਾਂ, ਇੱਥੇ ਦਾ OIC ਹਾਂ, ਰੀਜਨਲ ਆਫਿਸ ਅੰਮ੍ਰਿਤਸਰ ਦਾ। ਸਾਡੇ ਇੱਥੇ 4 ਡਿਸਟ੍ਰਿਕਟਸ ਫੋਲ ਕਰਦੇ ਹੈ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ। ਅੱਜ ਕੱਲ੍ਹ ਸਰਕਾਰ ਇੱਕ ਨਈ ਸਕੀਮ ਲੈ ਕੇ ਆਈ ਹੈ, ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮੰਨਧਨ। ਉਹਦੇ 'ਚ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਅੱਜ ਤੱਕ ਕਦੀ ਕੋਈ ਵੀ ਸੋਸ਼ਲ ਸਿਕਿਉਰਿਟੀ ਬੈਨੀਫਿਟ ਨਹੀਂ ਮਿਲਿਆ, ਪੈਨਸ਼ਨ ਨਹੀਂ ਮਿਲੀ, ਉਹਨਾਂ ਲਈ ਇਹ ਸਕੀਮ ਹੈ। ਇਹਦੇ 'ਚ ਰੇਡੀ ਵਰਕਰਸ, ਕੰਸਟਰਕਸ਼ਨ ਵਰਕਰਸ, ਡੋਮੈਸਟਿਕ ਵਰਕਰਸ, ਸਾਰੇ ਬ੍ਰਿਕਿਲ ਵਰਕਰਸ, ਜੋ ਰੇਡੀ ਲਾਉਂਦੇ ਆ ਉਹ ਵਰਕਰਸ, ਸਾਰੇ ਉਹਦੇ 'ਚ ਕਵਰਡ ਨੇ। ਇਹਦਾ ਮੇਨ ਮਕਸਦ ਇਹੀ ਹੈ ਕਿ ਮੰਥਲੀ ਕੰਟਰੀਬਿਊਸ਼ਨ ਉਹਨਾਂ ਤੋਂ ਲਿੱਤਾ ਜਾਏਗਾ, ਉਨਾ ਹੀ ਮੰਥਲੀ ਕੰਟਰੀਬਿਊਸ਼ਨ ਸੈਟਲਮੈਂਟ ਪਾਏਗੀ ਅਤੇ ਉਸ ਤੋਂ ਬਾਅਦ ਉਹਨਾਂ ਦੀ ਪੈਨਸ਼ਨ ਲੱਗ ਜਾਏਗੀ। ਇਹ ਉਹਨਾਂ ਵਰਕਰਸ ਲਈ ਹੈ, ਉਹਨਾਂ ਲੋਕਾਂ ਲਈ ਹੈ ਜੋ ਕਿਤੇ ਵੀ ਔਰਗਨਾਈਜ਼ ਸੈਕਟਰ 'ਚ ਕੰਮ ਨਹੀਂ ਕਰਦੇ ਆ, ਜਿਨ੍ਹਾਂ 'ਚ ਲੇਬਰ ਲੋਅ ਨਹੀਂ ਲੱਗਦੀ ਹੈ ਅਤੇ ਜਿੱਥੇ ਜਿਨ੍ਹਾਂ ਦੀ ਪੈਨਸ਼ਨ ਨਹੀਂ ਲੱਗਦੀ ਹੈ। ਇਹਦੀ ਮੇਨ ਇੰਸਟੀਟਿਊਸ਼ਨ ਏਜੰਸੀ LIC ਹੈ। ਸਾਨੂੰ ਐਸ EPFO ਨੂੰ ਇਹ ਕੰਮ ਦਿੱਤਾ ਗਿਆ ਕਿ ਆਪਾਂ ਇਨਫੋਰਮੇਸ਼ਨ ਡਿਸੈਮੀਨੇਟ ਕਰੀਏ, ਲੋਕਾਂ ਨੂੰ ਅਵੇਅਰਨੈਸ ਕਰੀਏ। ਇਸ ਲਈ ਆਪਾਂ ਆਪਣੇ ਇੰਸਪੈਕਟਰਸ ਦੀ ਟੀਮਸ ਭੇਜੀਆਂ ਇਹ ਪੂਰੇ ਸਾਰੇ ਏਰੀਆ 'ਚ, ਮਾਰਕੀਟਸ 'ਚ ਅਵੇਅਰਨੈਸ ਫੈਲਾਉਣ ਲਈ, ਤਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਕੀਮ ਦਾ ਪਤਾ ਲੱਗੇ, ਲੋਕ ਐਨਰੋਲ ਕਰਾਉਣ ਅਤੇ ਜੋ ਸਰਕਾਰ ਇਹ ਸਕੀਮ ਲੈ ਕੇ ਆਈ ਹੈ ਉਹਦਾ ਫਾਇਦਾ ਉਠਾਉਣ ਅਤੇ ਉਹਨਾਂ ਨੂੰ ਪੈਨਸ਼ਨ ਦਾ ਬੈਨੀਫਿਟ ਦਿੱਤਾ ਜਾਏ। ਕਿਉਂਕਿ ਪੈਨਸ਼ਨ ਇੱਕ ਸੋਸ਼ਲ ਸਿਕਿਉਰਿਟੀ ਬੈਨੀਫਿਟ ਹੈ, ਜਿਹਦਾ ਜੋ ਹਰ ਕਿਸੇ ਨੂੰ ਮਿਲਣੀ ਚਾਹੀਦੀ ਹੈ, ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਕਦੋਂ ਸਾਨੂੰ ਇਸ ਚੀਜ਼ ਦੀ ਲੋੜ ਪੈ ਜਾਏ। ਅਤੇ ਇਸੇ ਲਈ ਸਰਕਾਰ ਇਹ ਸਕੀਮ ਲੈ ਕੇ ਆਈ ਹੈ ਅਤੇ ਉਹਦੀ ਹੀ ਡਿਸੈਮੀਨੇਸ਼ਨ ਆਪਾਂ ਕਰਦੇ ਪਏ ਹਾਂ, ਅਤੇ ਆਪਾਂ ਲੋਕਾਂ ਨੂੰ ਇਹ ਗੁਜ਼ਾਰਿਸ਼ ਕਰਾਂਗੇ ਕਿ ਉਹ ਵੱਧ ਤੋਂ ਵੱਧ ਇਸ ਸਕੀਮ ਦਾ ਬੈਨੀਫਿਟ ਉਠਾਉਣ ਅਤੇ ਪੈਨਸ਼ਨ ਉਹਦੇ ਵਿੱਚ ਲੈ ਲੈਣ। ਸ਼ੁਕਰੀਆ।